ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਦੋਸਤੋ ਕੱਲ ਜੋ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਦੀ ਫੇਰੀ ਦੇ ਦੌਰਾਨ ਹੋਇਆ ਉਹਦੇ ਤੇ ਮੈਂ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਕਿ ਕੀ ਗਵਾਇਆ ਪੰਜਾਬ ਨੇ ਤੇ ਕੀ ਪਾਇਆ ਜਿੱਤਿਆ ਕੌਣ ਹੈ ਤੇ ਹਾਰਿਆ ਕੌਣ ਹੈ ਮੇਰੀ ਨਜ਼ਰ ਦੇ ਵਿੱਚ ਜੋ ਐਜ਼ ਏ ਪ੍ਰਧਾਨ ਮੰਤਰੀ ਉਹਦੇ ਨਾਲ ਹੋਇਆ ਉਹ ਬਹੁਤ ਗਲਤ ਹੋਇਆ ਇੱਕ ਪੰਜਾਬੀ ਹੋਣ ਦੇ ਨਾਤੇ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਆ ਉਸ ਬੰਦੇ ਦਾ ਵਿਰੋਧ ਕਰਨ ਦਾ ਫਾਇਦਾ ਕੀ ਹੋਇਆ ਪੰਜਾਬ ਨੂੰ ਤੇ ਜੇ ਨੁਕਸਾਨ ਹੋਇਆ ਤੇ ਉਸ ਨੁਕਸਾਨ ਲਈ ਜ਼ਿੰਮੇਵਾਰ ਕੌਣ ਹੈ ਉਹਦੀ ਭਰਪਾਈ ਜਿਹੜੀ ਉਹ ਕਦੋਂ ਤੱਕ ਹੋਊਗੀ ਇੱਕ ਗਲਤੀ ਦੇ ਨਾਲ ਕਿਉਂਕਿ ਇਤਿਹਾਸ ਗਵਾਹ ਹੈ ਕਿਸੇ ਵੇਲੇ ਸਾਡੀਆਂ ਛੋਟੀਆਂ ਛੋਟੀਆਂ ਗਲਤੀਆਂ ਦਾ ਬੜਾ ਲੰਮਾ ਸਮਾਂ ਸਾਨੂੰ ਖਮਿਆਜਾ ਭੁਗਤਣਾ ਪੈਂਦਾ ਵਾ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਕਿ ਉਹ ਵਕਤ ਵੀ ਦੇਖਾ ਹੈ ਤਵਾਰੀਖ ਕੀ ਘੜੀਆਂ ਨੇ ਖਤਾ ਲਮਹوں ਨੇ ਕੀ ਹੈ ਸਜ਼ਾ ਸਦੀਆਂ ਨੇ ਪਾਈ ਹੈ ਪਹਿਲਾ ਜੋ ਨੁਕਸਾਨ ਪੰਜਾਬ ਦੇ ਵਿੱਚ 1982 ਤੋਂ ਲੈ ਕੇ 96 ਤੱਕ ਜੋ ਸੰਤਾਪ ਪੰਜਾਬ ਨੇ ਹੰਡਾਇਆ ਬੜੀ ਮੁਸ਼ਕਲ ਦੇ ਨਾਲ ਪੰਜਾਬ ਉਸ ਦੌਰ ਚ ਅਜੇ ਬਾਹਰ ਨਿਕਲਿਆ ਸੀਗਾ ਕੁਝ ਕੁਝ ਸ਼ਕਤੀਆਂ ਕੁਝ ਗਲਤ ਅੰਸਰ ਦੁਬਾਰਾ ਉਸੇ ਪਾਸੇ ਵੱਲ ਨੂੰ ਸਾਨੂੰ ਧੱਕ ਰਿਹਾ ਪੰਜਾਬ ਨੂੰ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਉਹਨਾਂ ਦੇ ਉੱਤੇ ਚਰਚਾ ਕਰਨ ਦੀ ਲੋੜ ਹੈ ਪ੍ਰਧਾਨ ਮੰਤਰੀ ਪ੍ਰਤੀ ਜੋ ਪੰਜਾਬੀਆਂ ਦਾ ਗੁੱਸਾ ਸੀਗਾ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਉਹ ਉਹਨਾਂ ਨੂੰ ਰੱਦ ਕਰਕੇ ਤੇ ਗੁਰਪ੍ਰੋ ਵਾਲੇ ਦਿਨ ਮਾਫੀ ਮੰਗ ਕੇ ਪੰਜਾਬ ਦੇ ਵਿੱਚ ਆ ਰਿਹਾ ਸੀਗਾ ਫਿਰ ਵਿਰੋਧਤਾ ਉਹਦੀ ਕਿਸ ਗੱਲ ਦੀ ਸੀਗੀ ਅਸੀਂ ਉਸ ਗੁਰੂ ਦੇ ਵਾਰਿਸ ਹਾਂ ਜੋ ਭੁੱਲਾਂ ਬਖਸ਼ਦਾ ਜੇ ਮਾਫੀ ਮੰਗਣ ਵਾਲਿਆਂ ਨੂੰ ਬਖਸ਼ਦਾ ਤੇ ਉਹ ਪੰਜਾਬ ਆ ਰਿਹਾ ਸੀ ਮੰਨ ਲਓ ਉਹਨੂੰ ਵੋਟਾਂ ਦਾ ਹੀ ਲਾਲਚ ਹੈ ਪਰ ਪੰਜਾਬ ਨੂੰ ਕੁਛ ਨਾ ਕੁਛ ਤੇ ਉਹ ਦੇਣ ਹੀ ਜਾ ਰਿਹਾ ਸੀ ਨਾ 45000 ਕਰੋੜ ਰੁਪਏ ਦੇ ਪ੍ਰੋਜੈਕਟ ਕੱਲ ਪੰਜਾਬ ਦੇ ਵਿੱਚ ਅਨਾਉਂਸ ਹੋਣੇ ਸੀ ਆ ਲੈ ਉਹ ਯਾਰ ਕਹੇ ਜੀ ਮੁਫਲੀ ਖਵਾਈ ਜਾਣਾ ਕੌੜੀ ਐ ਹਟਾਏ ਨੂੰ ਹੁਣ ਆ ਲੈ ਓਏ ਯਾਰ ਕੀ ਹੋ ਗਿਆ ਤੈਨੂੰ ਉਹੀ ਸੜੀ ਮੂਫੀ ਨਵੇਂ ਲਫਾਫੇ ਚ ਪਾ ਕੇ ਫੇਰ ਖਵਾਈ ਜਾ ਰਿਆ ਮੈਨੂੰ ਧਮਲਾ ਸਮਝੇ ਮੈਨੂੰ ਤੂੰ ਹੀ ਤੇ ਸਿਫਤਾਂ ਕਰਦਾ ਸੀ ਨਵੇਂ ਮੁੱਖ ਮੰਤਰੀ ਦੀਆਂ ਓਏ ਲਫਾਫਾ ਹੀ ਬਦਲਿਆ ਕੌੜੀਆਂ ਮੂੰਗਫਲੀਆਂ ਤਾਂ ਉਹੀ ਨੇ ਉਹੀ ਝੂਠੇ ਵਾਅਦੇ ਤੇ ਲਾਰਿਆਂ ਵਾਲੀ ਸੱਚ ਕਹਿ ਰਹੇ ਆ ਯਾਰ ਚੱਲ ਫੇਰ ਖਵਾ ਮੈਨੂੰ ਉਹੀ ਬੇਬੇ ਵਾਲਾ ਪੁਰਾਣਾ ਅਸਲੀ ਪੰਜਾਬੀ ਗੁੜ ਤੇ ਲਿਆਈਏ ਮੋੜ ਆਪਣਾ ਕਾਲੀ ਦਲ ਕਿਹਦੇ ਪੰਜਾਬ ਦਾ ਉਸ ਨੂੰ ਫਾਇਦਾ ਹੋਣਾ ਸੀਗਾ ਪੰਜਾਬ ਦੇ ਹਰ ਕਿੱਤੇ ਤੇ ਹਰ ਖੇਤੇ ਨੂੰ ਉਹਦਾ ਫਾਇਦਾ ਹੋਣਾ ਸੀਗਾ ਰੋਜ਼ਗਾਰ ਦੇ ਨਵੇਂ ਸਾਧਨ ਬਣਨੇ ਸੀਗੇ ਇੱਕ ਪਾਸੇ ਤੇ ਅਸੀਂ ਰੌਲਾ ਪਾਉਂਦੇ ਰਹਿੰਨੇ ਆ ਵੀ ਬੱਚੇ ਸਾਡੇ ਬਾਹਰ ਜਾ ਰਹੇ ਆ ਦੂਜੇ ਪਾਸੇ ਅਸੀਂ ਪੰਜਾਬ ਦੇ ਵਿੱਚ ਕੋਈ ਕੰਮ ਵੀ ਨਹੀਂ ਹੋਣ ਦਿੰਦੇ ਕੋਈ ਪ੍ਰੋਜੈਕਟ ਵੀ ਨਹੀਂ ਆਉਣ ਦਿੰਦੇ ਕੋ ਕਿਸੇ ਨੂੰ ਸੁਣਨਾ ਵੀ ਨਹੀਂ ਚਾਹੁੰਦੇ ਪੰਜਾਬ ਦੇ ਇਹੋ ਜਿਹੇ ਹਾਲਾਤ ਜਿਹੜੇ ਬਣਿਆ ਇਹੋ ਜੀਆਂ ਕਟੜਾਵਾਂ ਜਣੀਆਂ ਵਾਪਰ ਰਹੀਆਂ ਵਾਂ ਇਹਦੇ ਕਰਕੇ ਪੰਜਾਬ ਦੇ ਵਿੱਚ ਕੋਈ ਵੀ ਵਪਾਰੀ ਜਿਹੜਾ ਉਹ ਪੈਸੇ ਲਾਉਣ ਨੂੰ ਤਿਆਰ ਨਹੀਂ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਉਹ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਲਾ ਐਂਡ ਆਰਡਰ ਦੇ ਇਥੋਂ ਦੇ ਹਾਲਾਤ ਵਿਗੜੇ ਪਏ ਨੇ ਤੇ ਕੰਮ ਕਿੱਥੋਂ ਯੂਥ ਨੂੰ ਮਿਲਣਾ ਵਾ ਯੂਥ ਨੇ ਇੱਥੇ ਫਿਰ ਰਹਿ ਕੇ ਵੀ ਕੀ ਕਰਨਾ ਵਾ ਮੈਂ ਮਹਿਸੂਸ ਕਰਦਾ ਕਿ ਪਿਛਲੇ ਦਿਨਾਂ ਤੋਂ ਜੋ ਪੰਜਾਬ ਦੇ ਵਿੱਚ ਘਟਨਾਵਾਂ ਵਾ ਵਾਪਰ ਰਹੀਆਂ ਵਾ ਬਾਰੋਂ ਕੋ ਇੱਥੇ ਪੈਸੇ ਲਾਉਣ ਨੂੰ ਤਿਆਰ ਨਹੀਂ ਜਿਹੜੇ ਇੱਥੇ ਵੱਡੇ ਵੱਡੇ ਕਾਰੋਬਾਰੀ ਬੈਠੇ ਆ ਉਹ ਵੀ ਆਪਣੇ ਕਾਰੋਬਾਰ ਬਾਹਰ ਸੈੱਟ ਕਰਨ ਲਈ ਤਿਆਰ ਹੋ ਗਏ ਪੰਜਾਬ ਦੇ ਵਿੱਚੋਂ ਸਾਰਾ ਪੈਸਾ ਕੱਢ ਕੇ ਹੋਰ ਸਟੇਟਸ ਦੇ ਵਿੱਚ ਤੇ ਬਾਹਰਲੇ ਸੂਬਿਆਂ 'ਚ ਜਾਣ ਨੂੰ ਤਿਆਰ ਹੋ ਗਏ ਕੱਲ ਦੀ ਇਸ ਘਟਨਾ ਦੇ ਨਾਲ ਪੰਜਾਬ ਦੇ ਜਿਹੜੇ ਸਬੰਧ ਐ ਉਹ ਕੇਂਦਰ ਨਾਲ ਜਰੂਰ ਜਿਹੜੇ ਉਹ ਵਿਗੜਨ ਦੀ ਵਿਗੜਨ ਦੀ ਕਗਾਰ ਦੇ ਉੱਤੇ ਆ ਗਏ ਆ ਔਰ ਇਹ ਸੂਬਾ ਬਾਰਡਰ ਸਟੇਟ ਹੋਣ ਕਰਕੇ ਬਹੁਤੀ ਹੱਦ ਤੱਕ ਇਹ ਕੇਂਦਰ ਦੇ ਉੱਤੇ ਨਿਰਭਰਿਆ ਉਹਦੀਆਂ ਸਕੀਮਾਂ ਦੇ ਉੱਤੇ ਨਿਰਭਰਿਆ ਕੱਲ ਦੇ ਇਸ ਹਾਦਸੇ ਨੇ ਮੋਦੀ ਨੂੰ ਮੈਨੂੰ ਨਹੀਂ ਲੱਗਦਾ ਕੋਈ ਨੁਕਸਾਨ ਕੀਤਾ ਹੋਗਾ ਕੋਈ ਬੀਜੇਪੀ ਨੂੰ ਨੁਕਸਾਨ ਕੀਤਾ ਹੋਗਾ ਸਗੋਂ ਆਮ ਦੇਖਣ ਤੇ ਸੁਣਨ ਚਾ ਰਿਹਾ ਵੀ ਲੋਕਾਂ ਦੀ ਉਹਦੇ ਪ੍ਰਤੀ ਹਮਦਰਦੀ ਜਿਹੜੀ ਵਧੀ ਆ ਉਹਦਾ ਕਿਤੇ ਨਾ ਕਿਤੇ ਜਿਹੜਾ ਕਿਡਰ ਵੋਟ ਆ ਉਹ ਉਹ ਮੇਰੀ ਨਜ਼ਰ ਦੇ ਵਿੱਚ ਵਧਿਆ ਵਾ ਮੈਨੂੰ ਲੱਗ ਰਿਹਾ ਵੀ ਲੋਕ ਜੋ ਚਰਚਾ ਕਰ ਰਿਹਾ ਵੀ ਹਰ ਬੰਦਾ ਚਰਚਾ ਕਰ ਰਿਹਾ ਬਤੌਰ ਪ੍ਰਧਾਨ ਮੰਤਰੀ ਉਹਦੇ ਨਾਲ ਇਹ ਸਲੂਕ ਨਹੀਂ ਸੀ ਹੋਣਾ ਚਾਹੀਦਾ ਸੋ ਇਹ ਨੁਕਸਾਨ ਮੋਦੀ ਤੇ ਬੀਜੇਪੀ ਨੂੰ ਨਹੀਂ ਹੋਇਆ ਇਹ ਨੁਕਸਾਨ ਪੰਜਾਬ ਦਾ ਆਇਆ ਕੁਝ ਗੱਲਾਂ ਸਾਨੂੰ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਸੋਚਣ ਦੀ ਵਿਚਾਰਨ ਦੀ ਲੋੜ ਆ ਜਿਉਂਨੇ ਕੋ ਚੰਗੇ ਕੰਮ ਚਾਰ ਕੀਤੇ ਵੀ ਆ ਪੰਜਾਬੀਆਂ ਲਈ ਜੇ ਸਿੱਖਾਂ ਨਹੀਂ ਉਹਦੇ ਉੱਤੇ ਵੀ ਸਾਨੂੰ ਗੌਰ ਕਰਨਾ ਚਾਹੀਦਾ ਮੇਰੇ ਖਿਆਲ 52 ਬੰਦਿਆਂ ਦਾ ਇੱਕ ਡੈਲੀਗੇਸ਼ਨ ਇਹਨੂੰ ਯੂਐਸ ਦੇ ਵਿੱਚ ਮਿਲਿਆ ਸੀਗਾ ਔਰ 300 ਲੋਕਾਂ ਦੀ ਕਾਲੀ ਸੂਚੀ ਵੀ ਇਸ ਬੰਦੇ ਨੇ ਖਤਮ ਕੀਤੀ ਸੀ ਮੈਂ ਨਹੀਂ ਕਹਿੰਦਾ ਉਹ ਬਹੁਤ ਚੰਗਾ ਹੋਊਗਾ ਤੁਹਾਨੂੰ ਬਹੁਤ ਚੰਗਾ ਲੱਗੇ ਪਰ ਜਦੋਂ ਵੀ ਤੁਸੀਂ ਕਿਸੇ ਦਾ ਵਿਰੋਧ ਕਰਨਾ ਵਾ ਉਹਦੇ ਮਾੜੇ ਚੰਗੇ ਕੰਮਾਂ ਦਾ ਨਿਤਾਰਾ ਕਰ ਲੈਣਾ ਚਾਹੀਦਾ ਵਾ ਕਰਤਾਰਪੁਰ ਸਾਹਿਬ ਦਾ ਲਾਂਘਾ ਕਈ ਸਾਲਾਂ ਤੋਂ ਅਦਾਸਾਂ ਸੀਗੀਆਂ ਵੀ ਉਹ ਲਾਂਘਾ ਖੁੱਲਣਾ ਚਾਹੀਦਾ ਵਾ ਠੀਕ ਹੈ ਉਹਦੇ ਵਿੱਚ ਹਰ ਬੰਦਾ ਆਪਣਾ ਯੋਗਦਾਨ ਪਾਉਣ ਦੀ ਗੱਲ ਕਰ ਰਿਹਾ ਕਿ ਮੈਂ ਬਾਅਦ ਚੁੱਕੀ ਆ ਜਿਹਹਦਾਰ ਕੁਲਦੀਪ ਸਿੰਘ ਵਡਾਲਾ ਵੀ ਬਾਅਦ ਚੁੱਕਦੇ ਸੀਗੇ ਸਿੱਧੂ ਸਾਹਿਬ ਦੇ ਵੀ ਜਿਹੜੇ ਸਬੰਧ ਉਹ ਪਾਕਿਸਤਾਨ ਦੇ ਨਾਲ ਠੀਕ ਸੀਗੇ ਪਰ ਪ੍ਰਧਾਨ ਮੰਤਰੀ ਦੀ ਮਰਜ਼ੀ ਤੋਂ ਬਿਨਾ ਦੇਸ਼ ਦੀ ਸਰਕਾਰ ਤੋਂ ਬਿਨਾ ਉਹ ਰਸਤਾ ਖੁੱਲ ਸਕਦਾ ਸੀਗਾ ਕਟੜਾ ਤੋਂ ਮਤਲਬ ਕਟੜਾ ਤੋਂ ਜਿਹੜਾ ਐਕਸਪ੍ਰੈਸ ਹਾਈਵੇ ਬਣਿਆ ਦਿੱਲੀ ਤੋਂ ਲੈ ਕੇ ਕਟੜਾ ਤੱਕ ਅਮਰਸਰ ਉਹਦੇ ਵਿੱਚੋਂ ਕੱਟਿਆ ਗਿਆ ਸੀਗਾ ਤੇ ਇਸੇ ਸਰਕਾਰ ਨੇ ਉਹਨੂੰ ਉਹਦੇ ਵਿੱਚ ਜੋੜਿਆ ਜਿਹਦੇ ਵਿੱਚ ਤਰਨਤਾਰਨ ਸultanpur ਲੋਧੀ ਤੇ ਅਮਰਸਰ ਨੂੰ ਜੋੜ ਕੇ ਗੁਰੂ ਧਾਮਾਂ ਦੇ ਜਿਹੜੇ ਦਰਸ਼ਨ ਕਰ ਲਈ ਇਹਨੂੰ ਉਹ ਇਹ ਰਾਹ ਜਿਹੜਾ ਖੋਲਿਆ ਗਿਆ 550 ਸਾਲਾਂ ਸੰਗਤ 'ਚ ਬੈਠ ਕੇ ਉਸ ਬੰਦੇ ਨੇ ਮਨਾਇਆ ਔਰ ਕਈ ਵਾਰੀ ਉਹਨੇ ਸਿਰ ਦੇ ਉੱਤੇ ਪੱਗ ਬੰਨੀ ਹੋਰ ਕਿਸੇ ਧਰਮ ਦੇ ਵਿੱਚ ਉਹ ਜਾਂਦਾ ਤੇ ਕਈ ਵਾਰੀ ਇਨਕਾਰ ਕਰਦਾ ਵੇਖਿਆ ਗਿਆ ਵੀ ਲੋਕੀ ਕਹਿੰਦੇ ਆਕੜ ਬੜੀ ਆ ਪਰ ਸਿੱਖਾਂ ਦੀ ਪੱਗ ਉਹਨੇ ਕਈ ਵਾਰੀ ਆਪਣੇ ਸਿਰ ਦੇ ਉੱਤੇ ਸਜਾਈ ਤੇ ਸਭ ਤੋਂ ਵੱਡਾ ਜਿਹੜਾ ਸਾਡਾ ਮਸਲਾ ਸੀਗਾ ਤਿੰਨ ਖੇਤੀ ਕਾਨੂੰਨਾਂ ਦਾ ਉਹਨੇ ਮਾਫੀ ਮੰਗ ਕੇ ਉਹ ਰੱਦ ਕੀਤੇ ਕੋ ਆਕੜ ਨਾਲ ਨਹੀਂ ਮਾਫੀ ਮੰਗੀ ਔਰ ਮਾਫੀ ਵਾਲੇ ਨੂੰ ਤੇ ਬਖਸ਼ ਦੇਣਾ ਚਾਹੀਦਾ ਨਾ ਜਿੰਨਾ ਜਿੰਨਾ ਲੋਕਾਂ ਨੇ ਵੀ ਪੀਐਮ ਦਾ ਵਿਰੋਧ ਕੀਤਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਵਿਰੋਧ ਕਰਨਾ ਤੁਹਾਡਾ ਹੱਕ ਹੈ ਪਰ ਗੱਲ ਰੱਖਣ ਦਾ ਹੱਕ ਵੀ ਤੇ ਸਭ ਨੂੰ ਹੋਣਾ ਚਾਹੀਦਾ ਵਾ ਨਾ ਇਹ ਲੋਕਤੰਤਰ ਹੈ ਉਹਨੂੰ ਵੀ ਗੱਲ ਕਰਨ ਦਿੰਦੇ ਉਹਦੀ ਗੱਲ ਸੁਣ ਲੈਂਦੇ ਨਾ ਚੰਗਾ ਲੱਗਦਾ ਤੇ ਉਸ ਤੋਂ ਬਾਅਦ ਉਹਦਾ ਵਿਰੋਧ ਕਰਦੇ ਅੱਗੇ ਵੀ ਤੇ ਆਪਾਂ ਦਿੱਲੀ ਬੈਹਿ ਗਏ ਸੀ ਕਿ ਜਾ ਕੇ ਮਤਲਬ ਉਹਦੀ ਗੱਲ ਤੇ ਸੁਣਨੀ ਚਾਹੀਦੀ ਸੀ ਹੋ ਸਕਦਾ ਪੰਜਾਬ ਲਈ ਕੋਈ ਚੰਗਾ ਹੀ ਹੁੰਦਾ ਕੁਝ ਲੋਕਾਂ ਨੇ ਵਿਰੋਧ ਕੀਤਾ ਪਰ ਪੰਜਾਬ ਗਵਰਨਮੈਂਟ ਦਾ ਮੈਂ ਇੱਥੇ ਵਿੱਚ ਦੱਸਣ ਲੱਗਾ ਕਿ ਜੋ ਰਵਈਆ ਸੀਗਾ ਪੰਜਾਬ ਗਵਰਨਮੈਂਟ ਨੇ ਜਿਹੇ ਦੇ ਤੇ ਰਵਈਆ ਅਪਣਾਇਆ ਜੋ ਸਪਸ਼ਟੀਕਰਨ ਦਿੱਤਾ ਇਹਸ ਘਟਨਾ ਦੇ ਉੱਤੇ ਉਹ ਬੇਹੱਦ ਗੈਰ ਜ਼ਿੰਮੇਵਾਰਨਾ ਤੇ ਬੇਹੱਦ ਨਿੰਦਣਯੋਗ ਸੀਗਾ ਇੱਥੇ ਕਹਿ ਕੀ ਰਹੀ ਆ ਸਰਕਾਰ ਉਹ ਰੈਲੀ ਦੇ ਵਿੱਚ 700 ਬੰਦਾ ਸੀਗਾ ਉਹ ਪ੍ਰਧਾਨ ਮੰਤਰੀ ਉਹਨੂੰ ਸੰਬੋਧਨ ਕਰਨਾ ਹੀ ਨਹੀਂ ਸੀ ਚਾਹਣਾ ਚਾਹੁੰਦਾ ਤੇ ਤੁਸੀਂ ਪੋਲੀਟਿਸ਼ੀਅਨ ਹੋ ਯਾਰ ਉਹਨੂੰ ਸਗੋਂ 700 ਬੰਦੇ ਦੇ ਵਿੱਚ ਜਾਣ ਦਿੰਦੇ ਤੇ ਉਹਦੀ ਬੇਇੱਜ਼ਤੀ ਹੁੰਦੀ ਉਹਨੂੰ ਪਤਾ ਲੱਗਦਾ ਵੀ ਲੋਕ ਮੈਨੂੰ ਪਸੰਦ ਹੀ ਨਹੀਂ ਕਰਦੇ ਇਹ ਤੁਸੀਂ ਕਰਨ ਦਿੰਦੇ ਦੂਜੀ ਚੀਜ਼ ਉਹਦੀ ਰੈਲੀ 'ਚ 700 ਬੰਦੇ ਆਏ ਉਹਦੀ ਰੈਲੀ ਦੇ ਵਿੱਚ 100 ਬੰਦਾ ਆਇਆ ਇਹ ਮੁੱਦਾ ਤੇ ਹੈਗਾ ਹੀ ਨਹੀਂ ਮੁੱਦਾ ਤੇ ਉਹਦੀ ਸੁਰੱਖਿਆ ਦਾ ਮੁੱਦਾ ਤੇ ਉਹਦੇ ਸਵਾਗਤ ਦਾ ਤੇ ਮੁੱਦਾ ਤੇ ਸੂਬੇ ਦੇ ਵਿੱਚ ਹੋਏ ਨੁਕਸਾਨ ਦਾ ਵਾ ਇਹ ਤੇ ਮੁੱਦਾ ਹੀ ਨਹੀਂ ਉਹਦੀ ਰੈਲੀ ਦੇ ਵਿੱਚ ਉਹਨੂੰ ਕੋਈ ਸੁਣਨ ਗਿਆ ਜਾਂ ਨਹੀਂ ਗਿਆ ਤੇ ਉਹਨੂੰ ਵੀ ਪਤਾ ਲੱਗ ਜਾਣਾ ਸੀਗਾ ਵੀ ਮੇਰੀ ਰੈਲੀ 'ਚ ਕਿੰਨੇ ਬੰਦੇ ਆਏ ਆ ਸਗੋਂ ਤੁਹਾਡੇ ਹੱਥ ਦੇ ਵਿੱਚ ਵੀ ਮੁੱਦਾ ਆਉਂਦਾ ਚੰਨੀ ਸਾਹਿਬ ਮੈਂ ਤੁਹਾਡੇ ਏ ਡੀ ਜੀ ਪੀ ਦੀ ਚਿੱਠੀ ਪੜ ਰਿਆ ਸੀਗਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਏ ਡੀ ਜੀ ਪੀ ਲਾ ਐਂਡ ਆਰਡਰ ਹੈ ਉਹਨੇ ਤੁਹਾਨੂੰ ਕਿਹਾ ਕਿ ਰੈਲੀ ਲਈ 1 ਲੱਖ ਜਿਹੜਾ ਬੰਦਾ ਆ ਰਿਹਾ ਇੰਟੈਲੀਜੈਂਸੀ ਦੀ ਰਿਪੋਰਟ ਹੈ ਤੁਹਾਡੀ ਲਾ ਐਂਡ ਆਰਡਰ ਦੀ ਸਾਰਿਆਂ ਦੀ ਜਿਹੜੀ ਮਿਲੀ ਰਿਪੋਰਟ ਹੈ ਉਹਨੇ ਇੱਕ ਚਿੱਠੀ ਜਾਰੀ ਕੀਤੀ ਕਿ 1 ਲੱਖ ਜਿਹੜਾ ਬੰਦਾ ਰੈਲੀ 'ਚ ਆ ਰਿਹਾ ਔਰ ਤੁਹਾਨੂੰ ਰਿਕੁਐਸਟ ਕਰ ਰਿਹਾ ਕਿ ਸੁਰੱਖਿਆ ਦਾ ਤੇ ਜਿਹੜਾ ਟ੍ਰੈਫਿਕ ਰੂਟ ਆ ਇਦੀ ਵਿਵਸਥਾ ਕੀਤੀ ਜਾਵੇ ਤੇ ਜੇ ਫੇਰ ਵੀ ਤੁਸੀਂ ਜਾਣਬੁੱਝ ਕੇ ਇੰਤਜ਼ਾਮ ਨਹੀਂ ਕੀਤੇ ਤੁਸੀਂ ਕਿੰਨਾ ਦੇ ਦਬਾਅ 'ਚ ਆ ਕੇ ਸਾਰਾ ਤਮਾਸ਼ਾ ਖੜਾ ਕੀਤਾ ਮੈਂ ਸਮਝਦਾ ਕਿ ਸਰਕਾਰ ਦਾ ਫੇਲਰ ਆਫ ਜਿਹੜਾ ਉਹ ਗਵਰਨਮੈਂਟ ਆ ਮਤਲਬ ਤੁਸੀਂ ਫੇਲ ਹੋਏ ਹੋ ਮੇਰੇ ਮੁਤਾਬਕ ਜੇ ਤੁਸੀਂ ਇਹਦੇ ਉੱਤੇ ਸਿਆਸਤ ਕੀਤੀ ਹੈ ਨਾ ਤੇ ਤੁਹਾਡੀ ਤੇ ਤੁਹਾਡੀ ਸਰਕਾਰ ਲਈ ਮੈਂ ਚੰਦ ਲਾਈਨਾ ਜਿਹੜੀਆਂ ਬੋਲਣ ਲੱਗਾ ਇਹ ਤੁਹਾਡੇ ਤੇ ਬੇਹੱਦ ਟੁੱਕਦੀਆਂ ਜਿਸ ਤਰੀਕੇ ਦਾ ਤੁਸੀਂ ਰਵਈਆ ਅਪਣਾਇਆ ਤੇ ਜਿਸ ਤਰੀਕੇ ਦਾ ਤੁਸੀਂ ਸਪਸ਼ਟੀਕਰਨ ਦੇ ਰਹੇ ਹੋ ਕਿ ਬਲੰਦੀ ਕੀ ਹਵਸ ਸੰਤੋਆਂ ਦਾ ਜਾਦੂ ਤੋੜ ਦਿੰਦੀ ਹੈ ਬੁਲੰਦੀ ਕੀ ਹਵਸ ਸੰਤੋਖਾ ਦਾ ਜਾਦੂ ਤੋੜ ਦੇਤੀ ਹੈ ਹਵਾ ਉੜਤੇ ਹੋਏ ਪੰਛੀ ਕੇ ਪਰ ਤੋੜ ਦੇਤੀ ਹੈ ਸਿਆਸੀ ਭੇਡਿਓ ਥੋੜੀ ਬਹੁਤੀ ਗੈਰਤ ਤੋਂ ਜ਼ਰੂਰੀ ਹੈ ਤਵਾਇਫ ਤੱਕ ਵੀ ਕਿਸੇ ਮੌਕੇ ਤੇ ਆਪਣੇ ਘੁੰਗਰੂ ਤੋੜ ਦਿੰਦੀ ਹੈ ਚੰਨੀ ਸਾਹਿਬ ਤੁਸੀਂ ਮਮਤਾ ਬਨਰਜੀ ਦੀ ਰੀਸ ਨਾ ਕਰੋ ਉਹ ਬਹੁਤ ਦਲੇਰ ਤੇ ਬਹੁਤ ਮਾਨਦਾਰ ਹੈ ਬੜਾ ਫਰਕ ਹੈ ਉਹਦੇ ਸੂਬੇ ਦੇ ਜਿਹੜੇ ਸਰੋਤ ਹੈ ਨਾ ਉਹ ਆਪਣਾ ਸੂਬਾ ਚਲਾ ਸਕਦੀ ਹੈ ਕਿਉਂਕਿ ਉਹਨੇ ਉਹਦੇ ਜਿਹੜੇ ਸੂਬੇ ਦੇ ਸਰੋਤ ਹੈ ਉਹਨਾਂ ਦੇ ਉੱਤੇ ਕੋਈ ਲੀਡਰਾਂ ਦਾ ਕਬਜ਼ਾ ਨਹੀਂ ਹੈਗਾ ਜਿਵੇਂ ਇੱਥੇ ਕੀਤਾ ਆ ਤੇ ਤੁਸੀਂ ਸੂਬਾ ਚਲਾਉਣਾ ਕਿਵੇਂ ਆ ਇਹ ਸੂਬਾ ਕੇਂਦਰ ਦੀ ਜਿਹੜਾ ਫੈਸਿਲਿਟੀ ਸਾਨੂੰ ਆਉਂਦੀਆਂ ਵਾ ਜਿਹੜੀਆਂ ਸਕੀਮਾਂ ਆਉਂਦੀਆਂ ਵਾ ਬਾਰਡਰ ਏਰੀਆ ਹੋਣ ਕਰਕੇ ਕੇਂਦਰ ਦੇ ਰਹਿਮੋ ਕਰਨ ਤੋਂ ਬਗੈਰ ਚੱਲ ਹੀ ਨਹੀਂ ਸਕਦਾ ਸੋ ਤੁਹਾਨੂੰ ਵੀ ਆਪਣੇ ਸੰਬੰਧ ਜਿਹੜੇ ਸੈਂਟਰ ਗਵਰਨਮੈਂਟ ਨਾਲ ਸਿਖਾਵੇਂ ਕਰਨੇ ਚਾਹੀਦੇ ਔਰ ਪੰਜਾਬ ਦੀਆਂ ਜਿਹੜੀਆਂ ਮੰਗਾਂ ਪੰਜਾਬ ਲਈ ਲੜਨਾ ਚਾਹੀਦਾ ਕੁਝ ਨਾ ਕੁਝ ਤੋਂ ਉਹਨੂੰ ਤੁਹਾਨੂੰ ਦੇਣਾ ਹੀ ਸੀਗਾ ਤੁਸੀਂ ਪੰਜਾਬ ਲਈ ਉਨੂੰ ਸਵਾਗਤ ਕਰਦੇ ਨਾ ਉਹ ਕੁਝ ਮਤਲਬ ਉਹ ਕਰਕੇ ਜਾਂਦਾ ਤੇ ਫਿਰ ਉਸ ਤੋਂ ਵੱਧ ਉਹਨੂੰ ਜੋ ਮਰਜ਼ੀ ਬੋਲ ਦੇ ਸੋ ਇਹਨਾਂ ਗੱਲਾਂ ਦਾ ਤੁਹਾਡੇ ਉੱਤੇ ਕੋ ਬਹੁਤਾ ਅਸਰ ਨਹੀਂ ਕਿਉਂਕਿ ਇਹ ਦਿਨ ਰਾਜਨੀਤੀ ਦੇ ਨੇ ਔਰ ਚੋਣਾਂ ਦੇ ਨੇ ਇੱਥੇ ਹਰ ਬੰਦਾ ਆਪਣੀ ਜਿਹੜੀ ਉਹ ਡਫਲੀ ਵਜਾ ਰਿਹਾ ਤੇ ਆਪਣਾ ਉੱਲੂ ਸਿੱਧਾ ਕਰ ਰਿਹਾ ਸੋ ਮੈਂ ਅਖੀਰ ਦੇ ਵਿੱਚ ਪੰਜਾਬ ਦੇ ਆਵਾਮ ਨੂੰ ਅਪੀਲ ਕਰਦਾ ਵਾਂ ਕਿ ਡੰਗਾਈ ਦੇ ਨਾਲ ਇਸ ਮੁੱਦੇ ਦੇ ਉੱਤੇ ਸੋਚਿਆ ਜਾਵੇ ਇਹਦੇ ਪਿੱਛੇ ਕੀ ਤਾਕਤਾਂ ਨੇ ਇਹ ਕਿਦੇ ਇਸ਼ਾਰੇ ਦੇ ਉੱਪਰ ਹੋਇਆ ਇਹ ਕਿਉਂ ਹੋਇਆ ਕੀ ਪ੍ਰਧਾਨ ਮੰਤਰੀ ਨਾਲ ਛੱਡ ਦਿਓ ਬੀਜੇਪੀ ਦਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਇਹੋ ਜਿਹਾ ਸਲੂਕ ਚੰਗਾ ਸੀਗਾ ਕੀ ਸਾਡੀ ਜਿਹੜੀ ਇਮੇਜ ਆ ਜਿੱਦਾਂ ਕਿਸਾਨ ਅੰਦੋਲਨ ਚੱਲਿਆ ਸੀ ਤੇ ਦੁਨੀਆ ਨੇ ਸਾਨੂੰ ਹੱਥਾਂ ਦੇ ਉੱਤੇ ਚੁੱਕਿਆ ਪਲਕਾਂ ਸਾਡੇ ਲਈ ਵਸ਼ਾਈਆਂ ਕਿ ਇਸ ਘਟਨਾ ਦੇ ਨਾਲ ਪੰਜਾਬੀਆਂ ਦੀ ਇਮੇਜ ਨੂੰ ਜਾਂ ਉਹਨਾਂ ਦਾ ਜਿਹੜਾ ਕਰਦਾਰ ਹੈ ਉਹਨੂੰ ਕਿਤੇ ਨਾ ਕਿਤੇ ਠੇਸ ਨਹੀਂ ਪਹੁੰਚੀ ਇਹਦੇ ਉੱਤੇ ਵਿਚਾਰ ਜ਼ਰੂਰ ਕਰਿਓ ਬਹੁਤੀਆਂ ਲੰਬੀਆਂ ਚੌੜੀਆਂ ਗੱਲਾਂ ਨਹੀਂ ਮੈਂ ਕਰਨੀਆਂ ਮੈਂ ਅਖੀਰ 'ਚ ਇਹ ਸਮਾਪਤੀ ਕਰਨ ਲੱਗਾ ਦੋ ਲੈਣਾ ਪੰਜਾਬ ਦੇ ਲੋਕਾਂ ਨੂੰ ਕਹਿ ਕੇ ਕਿ ਇਹ ਇਹ ਕਾਫਲੇ ਵਾਲੋ ਤੁਮ ਇਤਨਾ ਵੀ ਨਾ ਸਮਝੇ ਲੂਟਾ ਹੈ ਤੁਮੇ ਰਹਿਜਨ ਨੇ ਰਹਿ ਬਨ ਰਹਿਬਰ ਕੇ ਇਸ਼ਾਰੇ ਪਰ